मैं इधर चेक करता मेरे फोन पे। यस प्लीज। हाँ जी हेलो आ गई। आई थिंक यार सॉरी यार आवाज चली गई सी। हेलो 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 ओके यार तुसी दसो जी अपना एक्सपीरियंस आ जाओ। एक्सपीरियंस तो मैं दसता यार मैं एडा एडा वधिया लाई ਸਾਰਿਆਂ ਨਾਲ ਗੱਲ ਕੀਤੀ ਨਾ ਮੈਂ ਐਕਸਾਈਟਿਡ ਹੋ ਕੇ ਐਡੀ ਨਾ ਆਵਾਜ਼ ਨਹੀਂ ਆਈ ਹੈਗੀ। ਚਲੋ ਹੁਣ ਦੱਸੋ ਆਵਾਜ਼ ਆ ਰਹੀ ਹੈ ਆਵਾਜ਼ ਆ ਨਹੀਂ ਆ ਰਹੀ ਹੈ ਹਾਂ ਆ ਰਹੀ ਹੈ ਆ ਰਹੀ ਹੈ ਆਵਾਜ਼ ਨਾ ਆ ਰਹੀ ਹੈ ਕਹਿੰਦੇ ਵੌਇਸ ਓਕੇ ਕਿੱਥੇ ਕਿੱਥੋਂ ਤੱਕ ਆਵਾਜ਼ ਬੰਦ ਹੋ ਗਈ ਜਦੋਂ ਅਸੀਂ ਬੋਲੀ ਜਾ ਰਹੇ ਸੀ ਉਸ ਤੇ ਵੀ ਸ਼ੁਰੂ ਕਰ ਲਈ ਸਟੋਰੀ ਲਿਖ ਕੇ ਤੁਹਾਨੂੰ ਦੱਸਣੀ ਆ ਬਟ ਅਸੀਂ ਇਹ ਗੱਲ ਕਰ ਰਹੇ ਸੀ ਕਿ ਸਾਡੇ ਇਲਾਵਾ ਵੀ ਅਸੀਂ ਜਿਨ੍ਹਾਂ ਦੇ ਫੈਨ ਸੀ ਕਰੈਕਟਰਾਂ ਦੇ ਪੰਜਾਬੀ ਮੂਵੀਆਂ ਦੇ ਉਹਨਾਂ ਨੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਸਾਡਾ ਨਹੀਂ ਐਪਰੀਸ਼ੀਏਟ ਕਰਨਾ ਆਈ ਥਿੰਕ ਬਣਦਾ ਉਹਨਾਂ ਨੂੰ ਬਿਕੋਜ਼ ਨਹੀਂ ਉਹ ਤਾਂ ਆਲਰੇਡੀ ਬਹੁਤ ਜ਼ਿਆਦਾ ਉਹਨਾਂ ਕਰਕੇ ਉਹਨਾਂ ਵਧੀਆ ਕੰਮ ਕਰਦੇ ਆ ਮਿਲੇ ਸਾਨੂੰ ਮੂਵੀ 'ਚ ਨਾ ਵੀ ਜਿੰਨੇ ਵੀ ਸੀਨੀਅਰ ਐਕਟਰ ਸੀ ਤੋ ਅਸੀਂ ਬਹੁਤ ਕੁਝ ਸਿੱਖਿਆ ਨਾ ਹਮੇਸ਼ਾ ਜਿੰਨੇ ਵੀ ਸਾਡੇ ਸੀਨੀਅਰ ਐਕਟਰ ਹੁੰਦੇ ਆ ਸਾਡੇ ਸੈੱਟ 'ਤੇ ਜਾਂ ਚਾਹੇ ਉਹ ਗਾਣੇ 'ਚ ਆ ਨਾ ਵੀ ਚਾਹੇ ਉਹ ਫਿਲਮ 'ਚ ਸੀ ਨਾ ਵੀ ਹਮੇਸ਼ਾ ਅਸੀਂ ਥੈਂਕਫੁਲ ਹੁੰਦੇ ਹਾਂ ਗੋਡ ਦੇ ਵੀ ਹਾਂ ਇੰਨਾ ਕੁਝ ਸਿੱਖਣ ਨੂੰ ਮਿਲਦਾ ਇੰਨੇ ਸੀਨੀਅਰ ਐਕਟਰਸ ਨਾਲ ਸਾਨੂੰ ਕੰਮ ਕਰਨ ਨੂੰ ਮਿਲਿਆ ਨਾ ਵੀ ਇੰਨੀ ਵਧੀਆ ਟੀਮ ਸਾਰੀ ਸਾਰੀ ਟੀਮ ਹੀ ਹੈ ਵਧੀਆ ਸੀ ਬਟ ਬਹੁਤ ਹੁਣ ਚੀਜ਼ਾਂ ਨਵੀਆਂ ਪਲਾਨ ਕਰ ਰਹੇ ਆ ਇਸ ਤੋਂ ਬਾਅਦ ਵੀ ਮੈਂ ਫੇਰ ਦੱਸਦਾ ਨਾ ਸਟਾਰਟ ਤੇ ਹਾਂ ਸਟਾਰਟ ਦੀ ਦੱਸਦੀ ਹੈ ਚੱਲ ਦੱਸਿਆ ਵੀ 4 ਸਾਲ ਪਹਿਲਾਂ ਪਲਾਨ ਹੋਈ ਸਾਡੀ ਮੂਵੀ ਅੱਛਾ ਹੁਣ ਇਹ ਉਦਾਂ ਹੀ ਦੱਸਣੀ ਪਊਗੀ ਸਟੋਰੀ ਸਾਰੀ ਨਹੀਂ ਨਹੀਂ ਦੱਸ ਦਿੰਦੇ ਆ ਯਾ ਵੀ ਅਸੀਂ ਬਹੁਤ ਐਕਸਾਈਟਡ ਸੀ ਪਹਿਲੀ ਗੱਲ ਤਾਂ ਕਿ ਫਾਈਨਲੀ ਕੱਲ ਸਾਡੀ ਮੂਵੀ ਰਿਲੀਜ਼ ਹੋਈ ਹੈ ਨਾ ਕਿ 4 ਸਾਲ ਪਹਿਲਾਂ ਤੋਂ ਅਸੀਂ ਨੇ ਪਲਾਨ ਕੀਤਾ ਸੀ ਇੱਕ ਮੂਵੀ ਕਰਨੀ ਆ ਉਸ ਤੋਂ ਬਾਅਦ 2.5 ਸਾਲ ਆਈ ਥਿੰਕ ਹੋ ਗਏ ਮੈਨੂੰ ਲੱਗਦਾ ਇਹ ਮੂਵੀ ਰਿਲੀਜ਼ ਹੋਈ ਨੂੰ ਪਹਿਲਾਂ ਇੱਦਾਂ ਲੱਗਦਾ ਸੀ ਵੀ ਕਿ ਪੁਰਾਣੀ ਨਾ ਲੱਗੇ ਕੁਛ ਇੱਦਾਂ ਨਾ ਲੱਗੇ ਵੀ ਇੰਨੇ ਟਾਈਮ ਦੀ ਹੋਈ ਪਈ ਉਸ ਤੋਂ ਬਾਅਦ ਲੋਕਡਾਊਨ ਹੋ ਗਿਆ ਬੜਾ ਕੁਛ ਹੋਇਆ ਤਾਂ ਫਸਿਆ ਪਿਆ ਸੀ ਸਾਰਾ ਕੁਛ ਉੱਥੇ ਹੈ ਨਾ ਸੋ ਫਾਈਨਲੀ ਮੂਵੀ ਰਿਲੀਜ਼ ਹੋਈ ਅਤੇ ਅਸੀਂ ਬਹੁਤ ਐਕਸਾਈਟਡ ਹਾਂ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਮੂਵੀ ਦੇਖੀ ਉਹਨਾਂ ਦੇ ਰਿਵਿਊ ਦੇਖਦੇ ਹਾਂ ਤਾਂ ਉਹ ਜੋ ਐਪਰੀਸ਼ੀਏਟ ਕਰਦੇ ਨੇ ਸਾਨੂੰ ਸੱਚੀ ਦਿਲੋਂ ਖੁਸ਼ੀ ਹੁੰਦੀ ਹੈ ਕਿ ਤੁਸੀਂ ਗਾਣੇ ਸਾਨੂੰ ਬਹੁਤ ਪਿਆਰ ਦਿੱਤਾ ਹਮੇਸ਼ਾ ਨਾ ਗਾਣਿਆਂ ਨੂੰ ਯਾ ਸੀਰੀਜ਼ ਫਾਈਨਲੀ ਇਹ ਮੂਵੀ ਸੀ ਅਸੀਂ ਥੋੜੇ ਜੇ ਉਹ ਵੀ ਸੀ ਨਰਵਸ ਸੀ ਨਾ ਵੀ ਹਾਂ ਕਿੱਦਾਂ ਹੋਊਗੀ ਕੀ ਬਣੂਗਾ ਸੋ ਤੁਸੀਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਹੋ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅਤੇ ਜਿਨ੍ਹਾਂ ਨੇ ਨਹੀਂ ਵੇਖੀ ਉਹ ਜ਼ਰੂਰ ਜਾ ਕੇ ਵੇਖਿਓ ਅਤੇ ਦੱਸਿਓ ਤੁਹਾਨੂੰ ਕਿ ਮੂਵੀ ਕਿਵੇਂ ਲੱਗੀ ਹੈ ਨਾ ਜਿੰਨੇ ਜਿੰਨੇ ਸਾਨੂੰ ਪਿਆਰ ਕਰਦੇ ਆ ਸਾਰਿਆਂ ਦਾ ਥੈਂਕ ਯੂ ਬਾਕੀ ਮੂਵੀਜ਼ ਜਿੰਨੇ ਵੀ ਕਰੈਕਟਰ ਆ ਜਿੰਨੇ ਜਿਹਨੂੰ ਵੀ ਤੁਸੀਂ ਪਿਆਰ ਕਰਦੇ ਹੋ ਤੁਸੀਂ ਜ਼ਰੂਰ ਜਾ ਕੇ ਵੇਖਿਓ ਅਤੇ ਦੱਸਿਓ ਕਿਵੇਂ ਲੱਗੀ ਪੰਜਾਬ 'ਚ ਤਾਂ ਮੋਸਟਲੀ ਸਾਰੇ ਵੇਖਦੇ ਤਾਂ ਸਾਨੂੰ ਪਿਆਰ ਦਿੰਦੇ ਆ ਨਾ ਬਾਕੀ ਜੋ ਪੰਜਾਬ ਤੋਂ ਬਾਹਰ ਜਿੱਥੇ ਵੀ ਮੂਵੀ ਬਹੁਤ ਜ਼ਿਆਦਾ ਬਾਹਰ ਵੀ ਸੀ ਬਹੁਤ ਜ਼ਿਆਦਾ ਲਾਈਕ ਦਿੱਲੀ ਬੰਬੇ ਪੁਣੇ ਜੈਪੁਰ ਜੰਮੂ ਜਿੱਥੇ ਜਿੱਥੇ ਮੂਵੀ ਲੱਗੀ ਹੋਈ ਆ ਤੁਹਾਡੇ ਮੈਸੇਜ ਆ ਰਹੇ ਨੇ ਨਾ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਵੀ ਹਾਂ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਤੁਸੀਂ ਖੁਸ਼ ਹੋ ਨਾ ਵੀ ਹਾਂ ਉਦਾਂ ਬਾਕੀ ਜੇ ਤੁਹਾਨੂੰ ਥੋੜ੍ਹੀ ਬਹੁਤੀ ਵੀ ਕੋਈ ਕਮੀ ਲੱਗਦੀ ਹੈ ਨਾ ਤਾਂ ਤੁਸੀਂ ਦੱਸੋ ਵੀ ਸਾਨੂੰ ਆ ਲੱਗੇ ਦਾ ਕਿਉਂਕਿ ਅੱਗੇ ਆਪਾਂ ਜੋ ਵੀ ਕੰਮ ਕਰ ਰਹੇ ਹਾਂ ਉਹਦੇ ਵਿੱਚ ਉਹ ਚੀਜ਼ ਨੂੰ ਸੁਧਾਰੀਏ ਜਾਂ ਕੁਛ ਅੱਛਾ ਕਰੀਏ ਨਾ ਤਾਂ ਤੁਸੀਂ ਜ਼ਰੂਰ ਦੱਸੋ ਨਾ ਜਾ ਕੇ ਮੂਵੀ ਜ਼ਰੂਰ ਵੇਖੋ ਅਤੇ ਐਪਰੀਸ਼ੀਏਟ ਜੇ ਕਰਨ ਵਾਲੀ ਤਾਂ ਜ਼ਰੂਰ ਕਰਿਓ ਨਾ ਬਾਕੀ ਓਨੈਸਟ ਰਿਵਿਊ ਦਿਓ ਹਾਂ ਆਪਣੀ ਫੈਮਿਲੀਜ਼ ਨਾਲ ਜਾਓ ਆਪਣੇ ਫਰੈਂਡਸ ਨਾਲ ਜਾਓ ਕਿਉਂਕਿ ਸਾਡੀ ਜੋ ਫਰੈਂਡਸ਼ਿਪ ਆ ਉਦਾਂ ਵੀ ਨਾ ਅਸੀਂ ਜਿੰਨੇ ਵੀ ਨੋਰਮਲ ਲਾਈਫ 'ਚ ਜਿਵੇਂ ਐਵੇਂ ਮੂਵੀ 'ਚ ਦਿਖਾਇਆ ਉਹ ਕੈਮਿਸਟਰੀ ਤੁਹਾਨੂੰ ਮੂਵੀ 'ਚ ਵੀ ਵੇਖਣ ਨੂੰ ਮਿਲੂਗੀ ਨਾ ਵੀ ਸਾਡਾ ਲੜਾਈ ਝਗੜਾ ਜਾਂ ਕੁਛ ਵੀ ਪਿਆ ਜੋ ਵੀ ਸਾਡਾ ਚਾਲਾਂ ਚੱਲਦੀਆਂ ਇੱਕ ਦੂਜੇ ਨੂੰ ਅਸੀਂ ਉਹ ਫਸਾਉਂਦਾ ਉਹ ਫਸਾਉਂਦਾ ਨਾ ਤੁਹਾਨੂੰ ਮਜ਼ਾ ਆਊਗਾ ਨਾ ਜ਼ਰੂਰ ਫੋਰ ਸ਼ੋਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਜ਼ਰੂਰ ਮਜ਼ਾ ਆਊਗਾ ਤੇ ਥੈਂਕ ਯੂ ਜੀ ਤੇ ਜ਼ਰੂਰ ਜਾਓ ਤੇ ਮੂਵੀ ਦੇਖ ਕੇ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ ਜਿਹਨੇ ਨਹੀਂ ਵੇਖੀ ਤੇ ਆਪਣੀ ਫੈਮਿਲੀ ਨਾਲ ਤੇ ਆ ਕੇ ਰਿਵਿਊ ਜ਼ਰੂਰ ਦਿਓ ਆ ਕੇ ਰਿਵਿਊ ਫੀਡਬੈਕ ਦਿਓ ਸਾਰੇ ਜਾਣੇ ਕਿ ਕੀ ਕਿੱਥੋਂ ਲੱਗਦਾ ਆ ਕੀ ਕਰਨਾ ਚਾਹੀਦਾ ਕਿੱਥੋਂ ਕੀ ਸਾਰਾ ਕੁਝ ਦਿਓ ਅਸੀਂ ਸਾਰਾ ਕੁਝ ਰੀਡ ਕਰਦੇ ਹਾਂ ਅੱਗੇ ਵੀ ਬਹੁਤ ਬਹੁਤ ਕਹਿਣ ਕੇ ਬਹੁਤ ਬਹੁਤ ਵਧੀਆ ਦੱਸਾਂਗੇ ਨਾਲ ਹੁੰਦੇ ਤੇ ਬਾਕੀ ਫਿਲਹਾਲ ਆ ਮੂਵੀ ਦੇਖ ਕੇ ਇੰਜੋਏ ਕਰੋ ਥੈਂਕ ਯੂ ਸੋ ਮੱਚ ਲਵ ਯੂ ਜੱਟ ਬ੍ਰਦਰ ਲਵ ਯੂ